ਤੇ ਉਸ ਤੋਂ ਬਾਅਦ ਰਾਤ ਨੂੰ ਪਤਾ ਨਹੀਂ ਕੋਈ ਬਾਥਰੂਮ ਉੱਠਿਆ ਜਾਂ ਲੈਟਰਿੰਗ ਗਿਆ ਵਾ ਵੀ ਕਿੰਨੇ ਵਜੇ ਗਿਆ ਵਾ ਅਤੇ ਇਹ ਸਵੇਰੇ ਅਸੀਂ ਵੇਖਿਆ 6 ਵਜੇ ਅਤੇ ਬੈੱਡ 'ਤੇ ਆਪਣੇ ਹੈ ਨਹੀਂ ਸੀ ਅਸੀਂ ਪਤਾ ਜਦੋਂ ਸਵੇਰੇ ਉੱਠੇ ਹਾਂ ਜੀ ਉਦੋਂ ਇਹ ਮੁੰਡਾ ਇੱਥੇ ਹੈ ਨਹੀਂ ਗਾ ਜੀ ਅਤੇ ਉਸ ਤੋਂ ਬਾਅਦ ਜਦੋਂ ਪੱਠੇ ਪਾਉਣ ਦੇ ਜਾਂਦਾ ਹੁੰਦਾ ਹੈਗਾ ਅਤੇ ਉਦੋਂ ਅਸੀਂ ਦੇਖਿਆ ਇਹਨੂੰ ਅਤੇ ਸਾਨੂੰ ਕਦੇ ਨਹੀਂ ਦਿਖਿਆ ਉਹ ਇੱਥੇ ਇੱਕ ਸਾਡੇ ਗੇਟ ਤੋਂ ਬਾਅਦ ਇੱਟਾਂ ਚੱਕਾ ਸੀ ਉਹ 'ਚ ਇੱਕ ਲੈਟਰ ਮਿਲਿਆ ਪੱਤਰ ਅਤੇ ਉਹਦੇ 'ਤੇ ਲਿਖਿਆ ਸੀ ਵੀ ਅਸੀਂ ਇਹਦੇ ਵਿਆਹ ਤੋਂ ਖੁਸ਼ ਨਹੀਂ ਗਏ ਅਤੇ ਇਹ ਸੀ ਵੀ ਅਸੀਂ ਇਹਨੂੰ ਅਪੀਲ ਕਰਦੇ ਹਾਂ ਜੇ ਕਿਤੇ ਸੁਣਦਾ ਹੋਵੇ ਅਤੇ ਜੇ ਵਿਆਹ ਦਾ ਕੋਈ ਚੱਕਰ ਆ ਤਾਂ ਵੀ ਘਰ ਨੂੰ ਆ ਜਾਏ ਇਹਨਾਂ ਦੇਖਿਆ ਵੀ ਇਹਨਾਂ ਦੇ ਬਾਹਰ ਇੱਕ ਗੇਟ ਦੇ ਇੱਟਾਂ ਦਾ ਚੱਕਾ ਲੱਗਾ ਸੀ ਉਹਦੇ ਵਿੱਚ ਇੱਕ ਨੋਟਿਸ ਲਿਖ ਕੇ ਰੱਖਿਆ ਹੋਇਆ ਸੀ ਕੀ ਲਿਖਿਆ ਨੋਟਿਸ 'ਤੇ ਨੋਟਿਸ ਲਿਖਿਆ ਸੀ ਵੀ ਅਸੀਂ ਉਹ ਜਿਹੜਾ ਵਿਆਹ ਤੁਸ਼ ਤੁਸ਼ਤ ਨਹੀਂ ਕਿੱਦਾਂ ਵੀ ਕੁਛ ਸੀ ਅਸੀਂ ਉਹ ਪੁਲਿਸ ਵਾਲਿਆਂ ਨੂੰ ਵੀ ਦਿੱਤਾ ਵਾ ਹਾਂਜੀ ਸਾਰੇ ਜੀ ਅਸੀਂ ਤਾਂ 50,000 ਨਾਮ ਵੀ ਉਹਦਾ ਰੱਖਿਆ ਜਿਹੜਾ ਸਾਨੂੰ ਇਹ ਬੰਦੇ ਕੋਈ ਸੂਹ ਦੇਵੇ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਗਿਆ ਉੱਦਾਂ ਘਰ ਆ ਜਾਵੇ ਅਤੇ ਉਸਨੂੰ ਕੁਛ ਵੀ ਨਹੀਂ ਕਿਹਾ ਜਾਊਗਾ ਅਸੀਂ ਇਹ ਕਹਿੰਦੇ ਜਦੋਂ ਇਹ ਗੇਟੋਂ ਬਾਹਰ ਗਿਆ ਵਾ ਅਤੇ ਉੱਥੋਂ ਕਿਸੇ ਦੇ ਕਾਬੂ ਆ ਗਿਆ ਅਗਵਾਹ ਕੀਤਾ ਗਿਆ ਸਾਨੂੰ ਇਹ ਇੱਥੋਂ ਇਹ ਹੁੰਦਾ ਵਾ ਅਸੀਂ ਤਾਂ ਕਹਿੰਦੇ ਹਾਂ ਵੀ ਜਿੱਥੋਂ ਵੀ ਹੈਗਾ ਅਗਵਾਹ ਹੋ ਗਿਆ ਜਾਂ ਕੁਛ ਵੀ ਆਪ ਚੱਲ ਗਿਆ ਅਤੇ ਛੇਤੀ ਤੋਂ ਛੇਤੀ ਘਰ ਆ ਜਾਏ ਉਸ ਤੋਂ ਬਾਅਦ ਅਸੀਂ ਗੇਟ ਖੋਲ੍ਹ ਕੇ ਬਾਹਰ ਦੇਖਿਆ ਜੀ ਉੱਥੇ ਸਾਨੂੰ ਇੱਕ ਪੱਤਰ ਮਿਲਿਆ ਅਤੇ ਉੱਤੇ ਇੱਦਾਂ ਲਿਖਿਆ ਹੋਇਆ ਸੀਗਾ ਵੀ ਇਹਨੂੰ 40 ਦਿਨ ਬਾਅਦ ਅਸੀਂ ਗੱਲ ਕਰਾਈ ਜਾਊ ਤੁਹਾਡੇ ਨਾਲ ਅਤੇ ਜਿਹੜਾ ਇਹਦਾ ਵਿਆਹ 21 ਤਰੀਕ ਨੂੰ ਆ ਅਤੇ ਉਸ ਤੋਂ ਅਸੀਂ ਰਾਜੀ ਨਹੀਂ ਹੈਗੇ ਜੀ ਮੇਰਾ ਨਾਂ ਦਰਸ਼ਨ ਸਿੰਘ ਆ ਜੀ ਇਹਦਾ ਬੇਟਾ ਲਾਪਤਾ ਹੋਇਆ ਤੁਹਾਡੇ ਕੀ ਲੱਗਦੇ ਸੀ ਮੇਰਾ ਲੜਕਾ ਸੀ ਜੀ ਹਰਜੀਤ ਸਿੰਘ ਰਾਣਾ ਕਿੰਨੀ ਉਮਰ ਉਹਨਾਂ ਦੀ ਉਮਰ 25-26 ਸਾਲ ਸੀ ਅਤੇ ਇਹ ਵਾਕਿਆ ਕਿਵੇਂ ਹੋਇਆ ਹੈ ਵਾਕਿਆ ਇੱਦਾਂ ਹੋਇਆ ਜੀ 4-5 ਤਰੀਕ ਰਾਤ ਨੂੰ ਅਸੀਂ ਸ਼ਾਮੀ ਰੋਟੀ ਪਾਣੀ ਖਾਧਾ ਵਾ 7 ਵਜੇ ਰੋਟੀ ਪਾਣੀ ਖਾ ਕੇ ਤਾਂ ਮੁੜ ਕੇ ਲੰਮੇ ਪੈ ਗਏ ਹਾਂ ਅਤੇ ਉਸ ਤੋਂ ਬਾਅਦ ਰਾਤ ਨੂੰ ਪਤਾ ਨਹੀਂ ਕੋਈ ਬਾਥਰੂਮ ਉੱਠਿਆ ਜਾਂ ਲੈਟਰਿੰਗ ਗਿਆ ਵਾ ਵੀ ਕਿੰਨੇ ਵਜੇ ਗਿਆ ਵਾ ਅਤੇ ਇਹ ਸਵੇਰੇ ਅਸੀਂ ਵੇਖਿਆ 6 ਵਜੇ ਅਤੇ ਬੈੱਡ 'ਤੇ ਆਪਣੇ ਹੈ ਨਹੀਂ ਸੀ ਜਦੋਂ ਅਸੀਂ ਆਪਣੇ ਨੂੰਹ ਨੂੰ ਕਿਹਾ ਵੀ ਇਹ ਬਾਹਰ ਵੇਖ ਰਾਣੇ ਉਠਾ ਲਿਓ ਅਤੇ ਉਹ ਰਾਣਾ ਬੈੱਡ 'ਤੇ ਹੈ ਨਹੀਂ ਸੀ ਕਹਿੰਦੀ ਡੈਡੀ ਬਾਹਰ ਨੂੰ ਗਿਆ ਜਦੋਂ ਬਾਹਰ ਮੈਂ ਕਿਹਾ ਬਾਹਰੋਂ ਤਾਂ ਮੈਂ ਹਾਂ ਅਤੇ ਸਾਨੂੰ ਭੱਜਣ ਉੱਠ ਪੈ ਗਈ ਆ ਟਾਈਮ ਧਾਰਦਾ ਹੋ ਚੱਲਾ ਸੀ ਡੰਗਰ ਡੁੰਗਰ ਕੱਢਦਾ ਸੀ ਅਤੇ ਸਾਨੂੰ ਭਾਲ ਪਈ ਆ ਅਤੇ ਅਸੀਂ ਘੰਟਾ ਭਰ ਖੇਤਾਂ ਵਿੱਚ ਘੁੰਮਦੇ ਰਹੇ ਹਾਂ ਸਾਨੂੰ ਕਿਤੇ ਨਹੀਂ ਮਿਲਿਆ ਅਤੇ ਉਸ ਤੋਂ ਬਾਅਦ ਜਦੋਂ ਲੋਹ ਲੱਗੀ ਆ ਅਤੇ ਇੱਥੇ ਇੱਕ ਸਾਡੇ ਗੇਟ ਤੋਂ ਬਾਅਦ ਇੱਟਾਂ ਚੱਕਾ ਸੀ ਉਹ 'ਚ ਇੱਕ ਲੈਟਰ ਮਿਲਿਆ ਪੱਤਰ ਅਤੇ ਉਹਦੇ 'ਤੇ ਲਿਖਿਆ ਸੀ ਵੀ ਅਸੀਂ ਇਹਦੇ ਵਿਆਹ ਤੋਂ ਖੁਸ਼ ਨਹੀਂ ਗਏ ਅਤੇ ਇਹ ਸੀ ਵੀ ਅਸੀਂ ਇਹਨੂੰ ਅਪੀਲ ਕਰਦੇ ਹਾਂ ਜੇ ਕਿਤੇ ਸੁਣਦਾ ਹੋਵੇ ਅਤੇ ਜੇ ਵਿਆਹ ਦਾ ਕੋਈ ਚੱਕਰ ਆ ਤਾਂ ਵੀ ਘਰ ਨੂੰ ਆ ਜਾਏ ਅਤੇ ਸਾਡਾ ਸਾਰਾ ਪਰਿਵਾਰ ਬੜੇ ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕਿਵੇਂ ਹੋ ਸਕਦਾ ਹੈ ਇਹ ਅਸੀਂ ਵੀ ਅਗਵਾਹ ਹੋ ਸਕਦਾ ਕਿ ਹਾਂਜੀ ਹਾਂਜੀ ਗਵਾਹ ਅਸੀਂ ਇੱਦਾਂ ਕਹਿੰਦੇ ਹਾਂ ਵੀ ਗਵਾਹ ਹੋ ਸਕਦਾ ਵੀ ਜਦੋਂ ਅਸੀਂ ਸਵੇਰੇ ਵੇਖਿਆ ਤਾਂ ਉੱਥੇ ਗੱਡੀ ਦੇ ਟਾਇਰ ਲੱਗੇ ਸੜਕ ਤੋਂ ਉੱਤਰ ਕੇ ਇਸ 'ਚ ਅਸੀਂ ਇਹ ਕਹਿੰਦੇ ਵੀ ਜਦੋਂ ਲੈਟਰਿੰਗ ਜਾਂ ਗਿਆ ਜਾਂ ਬਾਥਰੂਮ ਬਾਹਰ ਇਹਦਾ ਆਦਤ ਸੀ ਬਾਹਰ ਜਾਂਦਾ ਇਹ ਲੈਟਰਿੰਗ 'ਚ ਨਹੀਂ ਜਾਂਦਾ ਬਾਥਰੂਮ ਵੀ ਮੈਨੇ ਬਾਹਰ ਜਾਣਾ ਗੇਟ ਖੋਲ੍ਹ ਕੇ ਅਸੀਂ ਇਹ ਕਹਿੰਦੇ ਜਦੋਂ ਇਹ ਗੇਟੋਂ ਬਾਹਰ ਗਿਆ ਵਾ ਅਤੇ ਉੱਥੋਂ ਕਿਸੇ ਦੇ ਕਾਬੂ ਆ ਗਿਆ ਅਗਵਾਹ ਕੀਤਾ ਗਿਆ ਸਾਨੂੰ ਇਹ ਇੱਥੋਂ ਇਹ ਹੁੰਦਾ ਵਾ ਅਸੀਂ ਤਾਂ ਕਹਿੰਦੇ ਹਾਂ ਵੀ ਜਿੱਥੋਂ ਵੀ ਹੈਗਾ ਅਗਵਾਹ ਹੋ ਗਿਆ ਜਾਂ ਕੁਛ ਵੀ ਆਪ ਚੱਲ ਗਿਆ ਅਤੇ ਛੇਤੀ ਤੋਂ ਛੇਤੀ ਘਰ ਆ ਜਾਏ ਤੁਹਾਨੂੰ ਕੋਈ ਕਿਸੇ ਵਿਅਕਤੀ ਵੱਲੋਂ ਫੋਨ ਆਉਂਦਾ ਕੋਈ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਜੀ ਸਾਨੂੰ ਅੱਜ ਤਾਈਂ ਕਿਸੇ ਨੇ ਫੋਨ ਨਹੀਂ ਕੀਤਾ ਜੇ ਫੋਨ ਆ ਜਾਵੇ ਫਿਰ ਤਾਂ ਜੇ ਪਤਾ ਲੱਗ ਜਾਂਦਾ ਵੀ ਕੋਈ ਨਾ ਕੋਈ ਖੋਜ ਨਿਕਲਦੀ ਆ ਜਿਵੇਂ ਕੋਈ ਇਹਨੇ ਫਰੌਤੀ ਦੀ ਭਾਵਨਾ ਨਾਲ ਕਹਿੰਦੇ ਕੋਈ ਫੋਨ ਵਗੈਰਾ ਕੀਤਾ ਹੋਵੇ ਨਾ ਜੀ ਨਾ ਕੋਈ ਗੱਲਬਾਤ ਹੀ ਨਹੀਂ ਜੀ ਅਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ ਪੁਲਿਸ ਜੀ ਆਪਣਾ ਡਿਟੇਲਾਂ ਡਿਟੂਲਾਂ ਕਢਾਈਆਂ ਸੀ ਅਤੇ ਉਹ 'ਤੇ ਕੋਈ ਅਜੇ ਸਾਨੂੰ ਨਹੀਂ ਪਤਾ ਨਹੀਂ ਕਹਿੰਦੇ ਲੱਗਦਾ ਆ ਕੱਲ੍ਹ ਡਿੰਪ ਜਿਹਾ ਲਾਇਆ ਸੀ ਉਹਦੀ ਵੀ ਰਿਪੋਰਟ ਨਹੀਂ ਅਜੇ ਆਈ
ਕੋਈ ਸਮਝ ਨਹੀਂ ਆਉਂਦੀ ਵੀ ਕੀ ਬਣਿਆ। ਜਿਹੜਾ ਸਾਡੇ ਤੋਂ ਬਗੈਰ ਇੱਕ ਘੰਟਾ ਨਹੀਂ ਸੀ ਰਹਿੰਦਾ। ਜਿਹੜਾ ਬੇਟੇ ਕੋਲ ਮੋਬਾਈਲ ਸੀਗਾ ਉਹ ਕਿਵੇਂ ਚੱਲ ਰਿਹਾ ਜੀ? ਨਹੀਂ ਉਹ ਬੰਦ ਆ। ਕਿੰਨਾ ਨੰਬਰ ਮੋਬਾਈਲ ਦਾ? ਮੈਨੂੰ ਇੱਦਾਂ ਨਹੀਂ ਪਤਾ, ਨੰਬਰ ਮੋਬਾਈਲ 'ਚ ਲਿਖਿਆ ਹੁੰਦਾ ਜੀ। ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਸਰਕਾਰ ਤੋਂ ਇਹ ਮੰਗ ਕਰਦੇ ਸਾਡਾ ਇਹ ਬੇਟਾ ਲਵਾਇਆ ਜਾਵੇ ਅਤੇ ਸਾਨੂੰ ਹਵਾਲੇ ਕੀਤਾ ਜਾਵੇ, ਜਿੱਦਾਂ ਵੀ ਇਹ ਗਿਆ ਜਾਂ ਕਿਤੇ ਗਵਾਹ ਕਰ ਲਿਆ ਜਾਂ ਕਿੱਦਾਂ ਵੀ ਚਲੇ ਗਿਆ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਜੀ। ਜਿਹੜੇ ਨੌਜਵਾਨ ਲਾਪਤਾ ਹੋਏ ਤੁਹਾਡੇ ਕੀ ਲੱਗਦੇ ਸੀ? ਮੇਰੇ ਬ੍ਰਦਰ ਆ ਜੀ ਛੋਟੇ। ਇਹ ਕਿਵੇਂ ਵਾਕਿਆ ਕਿਵੇਂ ਹੋਇਆ? ਇਹ ਜੀ 4 ਤਰੀਕ ਅਸੀਂ ਯਾਨੀ ਕਿ 4 ਅਤੇ 5 ਦੀ ਰਾਤ ਨੂੰ ਤਾਂ ਅਸੀਂ ਪਤਾ ਜਦੋਂ ਸਵੇਰੇ ਉੱਠੇ ਹਾਂ ਜੀ, ਉਦੋਂ ਇਹ ਮੁੰਡਾ ਇੱਥੇ ਹੈ ਨੀਗਾ ਜੀ। ਅਤੇ ਉਸ ਤੋਂ ਬਾਅਦ ਜਦੋਂ ਪੱਠੇ ਪਾਉਣ ਲਈ ਜਾਂਦਾ ਹੁੰਦਾ ਹੈਗਾ ਅਤੇ ਉਦੋਂ ਅਸੀਂ ਦੇਖਿਆ ਇਹਨੂੰ, ਅਤੇ ਸਾਨੂੰ ਕਿਤੇ ਨਹੀਂ ਦੇਖਿਆ ਉਹ। ਉਸ ਤੋਂ ਬਾਅਦ ਅਸੀਂ ਗੇਟ ਖੋਲ੍ਹ ਕੇ ਬਾਹਰ ਦੇਖਿਆ ਜੀ, ਉੱਥੇ ਸਾਨੂੰ ਇੱਕ ਪੱਤਰ ਮਿਲਿਆ ਅਤੇ ਉੱਤੇ ਇੱਦਾਂ ਲਿਖਿਆ ਹੋਇਆ ਸੀਗਾ ਵੀ ਇਹਨੂੰ 40 ਦਿਨ ਬਾਅਦ ਜੀ ਗੱਲ ਕਰਾਈ ਜਾਊ ਤੁਹਾਡੇ ਨਾਲ, ਅਤੇ ਜਿਹੜਾ ਇਹਦਾ ਵਿਆਹ 21 ਤਰੀਕ ਨੂੰ ਆ ਅਤੇ ਉਸ ਤੋਂ ਅਸੀਂ ਰਾਜੀ ਨਹੀਂ ਹੈਗੇ ਜੀ। ਕਿੱਥੇ ਕਿੱਥੇ ਪੜਤਾਲ ਕੀਤੀ ਹੁਣ ਤਾਂ ਤੁਸੀਂ? ਅਸੀਂ ਤਕਰੀਬਨ ਜੀ ਸਾਰੇ ਦੇਖ ਚੁੱਕੇ ਹਾਂ ਅਤੇ ਸਾਨੂੰ ਕਿਤੇ ਨਹੀਂ ਮਿਲਿਆ ਜੀ ਮੁੰਡਾ। ਰਿਸ਼ਤੇਦਾਰਾਂ ਦੇ ਧਾਰਮਿਕ ਸਥਾਨਾਂ ਦੇ? ਹਾਂਜੀ ਸਾਰੇ ਜੀ। ਅਸੀਂ ਤਾਂ 50,000 ਨਾਮ ਵੀ ਉਹਦਾ ਰੱਖਿਆ ਜੀ ਜਿਹੜਾ ਸਾਨੂੰ ਇਹ ਬੰਦੇ ਕੋਈ ਸੂਹ ਦੇਵੇ। ਅੱਛਾ ਜੀ। ਹਾਂਜੀ ਜੇ ਉਹ ਜੇ ਹਰਜੀਤ ਸਿੰਘ ਖੁਦ ਇਹ ਤੁਹਾਡੀ ਆਵਾਜ਼ ਸੁਣਦੇ ਤਾਂ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹਾਂ? ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਗਿਆ ਉੱਦਾਂ ਘਰ ਆ ਜਾਵੇ ਅਤੇ ਉਸਨੂੰ ਕੁਛ ਵੀ ਨਹੀਂ ਕਿਹਾ ਜਾਊਗਾ, ਜੇ ਵਿਆਹ ਤੋਂ ਗਿਆ ਵਿਆਹ ਦੀ ਮਰਜ਼ੀ ਦਾ ਜਿੱਥੇ ਮਰਜ਼ੀ ਕਰਾਵੇ। ਇਹ ਘਟਨਾ ਦੀ ਸੂਚਨਾ ਤੁਹਾਨੂੰ ਕਿਵੇਂ ਮਿਲਦੀ ਹੈ? ਇਹ ਸਵੇਰੇ ਫੋਨ ਕੀਤਾ ਸੀ ਸਾਨੂੰ ਇਹਨਾਂ ਨੇ ਜੀ, 6 ਵਜੇ ਦੇ ਲਗਭਗ, 6:30 ਦੇ ਲਗਭਗ ਫੋਨ ਕੀਤਾ ਸੀ ਵੀ ਇੱਦਾਂ ਕਰਕੇ ਸਾਡਾ ਬੇਟਾ ਵਾ ਵੀ ਮਿਲ ਨਹੀਂ ਰਿਹਾ, ਵੀ ਸੀ ਇੱਦਾਂ ਹਿਲਵੰਡ ਹੈ। ਫਿਰ ਅਸੀਂ ਮੌਕੇ ਦੇ ਉੱਤੇ ਪਹੁੰਚੇ, ਇੱਥੇ ਆ ਕੇ ਪੁਲਿਸ ਨੂੰ ਰਿਪੋਰਟ ਕੀਤੀ। ਇਹਨਾਂ ਦੇਖਿਆ ਵੀ ਇਹਨਾਂ ਦੇ ਬਾਹਰ ਇੱਕ ਗੇਟ ਦੇ ਇੱਟਾਂ ਦਾ ਚੱਕਾ ਲੱਗਾ ਸੀ, ਉਹਦੇ ਵਿੱਚ ਇੱਕ ਨੋਟਿਸ ਲਿਖ ਕੇ ਰੱਖਿਆ ਹੋਇਆ ਸੀ। ਕੀ ਲਿਖਿਆ ਨੋਟਿਸ ਦੇ? ਨੋਟਿਸ ਲਿਖਿਆ ਸੀ ਵੀ ਅਸੀਂ ਵੀ ਜਿਹੜਾ ਵਿਆਹ ਤੁਸ਼ ਤੁਸ਼ਤ ਨਹੀਂ ਕਿੱਦਾਂ ਵੀ ਕੁਛ ਸੀ, ਅਸੀਂ ਉਹ ਪੁਲਿਸ ਵਾਲਿਆਂ ਨੂੰ ਵੀ ਦਿੱਤਾ ਵਾ। ਉਹ ਹੱਥ ਰਿਕਤ ਟੈਪ ਕੀਤਾ ਜੀ ਪ੍ਰੈਸ ਨੋਟ? ਹੱਥ ਹੱਥ। ਤੁਸੀਂ ਉਹ ਕਿਸੇ ਜਿਹੜੀ ਲਿਖਾਈ ਉਹ ਪਛਾਣਦੇ ਕਿਸੇ ਦੀ? ਨਹੀਂ, ਲਿਖਾਈ ਨਹੀਂ ਪਛਾਣੀ ਗਈ ਅਜੇ ਤੱਕ ਕਿਸੇ ਦੀ ਵੀ, ਕੋਈ ਬਾਹਰਲੇ ਬੰਦੇ ਸੀ ਜਿੱਦਾਂ ਲਿਖਾਈ ਹੋਊਗੀ। ਅਸੀਂ ਜਦੋਂ ਆ ਕੇ ਵੇਖਿਆ ਗੱਡੀ ਦੇ ਟਾਇਰ ਲੱਗੇ ਸੀ, ਇੱਕ ਸਾਈਡ ਉੱਚੀ ਸੀ ਪੱਕਾ ਸੀ, ਇੱਕ ਉਹਨੇ ਕੱਚੇ ਬਣੇ ਟਾਇਰ ਲੱਗੇ ਸੀਗੇ। ਤੁਸੀਂ ਕੀ ਮਹਿਸੂਸ ਕਰਦੇ ਹਾਂ ਵੀ? ਸਾਨੂੰ ਇਹ ਕੁਛ ਨਹੀਂ ਇਸ ਬਾਰੇ ਕਹਿ ਸਕਦੇ ਵੀ ਕੀ ਮਤਲਬ ਕਿ ਲਗਿਆ ਕੋਈ ਗਵਾਹ ਕਰ ਵਿਰੋਧੀ ਆ ਨਾ ਕੋਈ ਲਾਗਟਾਟ ਵਗੈਰਾ ਕੋਈ ਇੱਦਾਂ ਦੀ ਗੱਲ ਜੋ ਮਤਲਬ ਕਿ ਅਸੀਂ ਦੇਖਿਆ ਸੁੱਤ ਸੰਭਾਲੀ ਵੇਚ ਤਾਂ ਕਦੇ ਦੇਖਿਆ ਨਹੀਂ ਇਹਨਾਂ ਨੂੰ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਨਾ, ਨਾ ਕੋਈ ਵੱਟ ਬਣੇ ਦਾ ਰੌਲਾ ਹੀ ਸੀਗਾ, ਬਿਲਕੁਲ ਠੀਕ ਠਾਕ ਸੀ, ਸਹੀ ਸਲਾਮਤ ਸੀਗੇ। ਨਾ ਇਹ ਮੁੰਡਾ ਇੰਨਾ ਲਾਇਕ ਸੀਗਾ, ਕਿਸੇ ਨਾਲ ਵੱਧ ਘੱਟ ਵੀ ਨਹੀਂ ਅਜੇ ਤੱਕ ਨਹੀਂ ਕੀਤਾ। ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਪੁਲਿਸ ਨੇ ਇਹਨਾਂ ਦੀਆਂ ਕਾਲ ਡਿਟੇਲਾਂ ਕਢਾਈਆਂ ਵਾ, ਜਿਹਦੇ ਵਿੱਚ ਅਜੇ ਤੱਕ ਪੁਲਿਸ ਦੇ ਹੱਥ ਵੀ ਵਿਚਾਰੇ ਦੇ ਕੁਛ ਨਹੀਂ ਗਾ ਲੱਗ ਸਕੇ। ਪੁਲਿਸ ਨੇ ਬਹੁਤ ਕੋਸ਼ਿਸ਼ ਕਰ ਰਹੀ ਹੈ ਆਪਣੇ ਵੱਲੋਂ, ਜਿਸ ਤੱਕ ਵੀ ਉਹਨਾਂ ਦੀ ਹੋ ਸਕਦੀ ਦੌੜ ਲਾਉਣ ਡੇ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।